ਘਰ ਦੇ ਵਿੱਚ ਆਪਣਾ ਖੇਤੀਬਾੜੀ ਦਾ ਕੰਮ ਕਰਦੀ ਹਾਂ, ਆਪਣਾ ਘਰ ਦਾ ਚੁੱਲ੍ਹੇ ਚੌਂਕੇ ਦਾ ਵੀ ਕੰਮ ਕਰਦੀ ਹਾਂ ਅਤੇ ਖੇਤੀਬਾੜੀ ਦਾ ਲਗਭਗ ਜਿਹੜਾ ਉਹ ਸਾਰਾ ਕੰਮ ਮੈਂ ਖੁਦ ਕਰਦੀ ਹਾਂ। ਅੱਜ ਮਹਿਲਾ ਦਿਵਸ ਹੈ, ਆਪਣੇ ਮਾਤਾ ਪਿਤਾ ਨੂੰ ਤੁਸੀਂ ਲੜਕਾ ਬਣ ਕੇ ਵਿਖਾਇਆ, ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਬੋਰਸ਼ਨ ਕਰਾਉਂਦੇ ਆ, ਗਰਭਪਾਤ ਕਰਾਉਂਦੇ ਆ? ਜਿਹੜੇ ਲੋਕ ਇਹ ਸੋਚ ਕੇ ਅਬੋਰਸ਼ਨ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ, ਸਾਨੂੰ ਲੜਕਾ ਚਾਹੀਦਾ, ਉਹਨਾਂ ਦੀ ਸੋਚ ਜਿਹੜੀ ਆ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲਓ ਤੁਸੀਂ, ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਸ਼ ਨਹੀਂ ਚਲਾ ਸਕਦੀ, ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ, ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ, ਜਾਂ ਉਹ ਜੋਬ ਨਹੀਂ ਕਰ ਸਕਦੀ। ਸਿਰਫ ਲੋੜ ਆ ਅਤੇ ਇੱਕ ਮਾਂ ਪਿਓ ਦੇ ਸਾਥ ਦੀ ਅਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ। ਅੱਜ ਤੁਹਾਡੀ ਸ਼ਾਦੀ ਵੀ ਹੋ ਚੁੱਕੀ ਹੈ, ਕਿਵੇਂ ਸੈਟਿੰਗ ਕੀਤੀ ਕਿ ਤੁਸੀਂ ਅੱਜ ਵੀ ਮਾਂ ਪਿਓ ਦੇ ਘਰ ਹੋ, ਕਿਵੇਂ ਮਨਾਇਆ ਆਪਣੇ ਸਸੁਰਾਲ ਵਾਲਿਆਂ ਨੂੰ, ਆਪਣੇ ਘਰ ਵਾਲਿਆਂ ਨੂੰ? ਮੇਰੀ ਸੋਚ ਪਹਿਲਾਂ ਤੋਂ ਹੀ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕਿਆਂ ਦੇ ਘਰ ਮੇਰੇ ਨਾਲ ਰਹੇ। ਸੋ ਮੈਨੂੰ ਉਹ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ, ਉਹ ਵੀ ਇੱਕ ਫੈਮਿਲੀ ਨੇ ਅਸੀਂ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ, ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਛਲਾਗਿਆ ਅਤੇ ਉਹ ਮੇਰੇ ਜਿਹੜੇ ਹਸਬੈਂਡ ਆ ਉਹ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਹੇ। ਹਾਂਜੀ, ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ, ਅੱਜ ਸਾਨੂੰ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਆ ਵੀ ਸਾਨੂੰ ਇੱਕ ਬੇਟੀ ਨੇ ਇੰਨੇ ਬੇਟਾ ਬਣ ਕੇ ਸਾਨੂੰ ਵਿਖਾਇਆ। ਅਤੇ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਸੰਦੇਸ਼ਾ ਦੇਣਾ ਚਾਹੁੰਦੀ ਹਾਂ ਵੀ ਜੋ ਗਰਭ ਦੇ ਵਿੱਚ ਬੱਚੀਆਂ ਨੂੰ ਮਾਰਦੀਆਂ ਵਾ ਉਹ ਬਿਲਕੁਲ ਨਾ ਮਾਰਨ, ਜਿਹੜੀ ਬੇਟੀ ਆ ਉਹ ਬੇਟੇ ਨਾਲੋਂ ਘੱਟ ਨਹੀਂ। ਕੀ ਕੰਮ ਕਰਦੀ ਹੈ ਲਵਪ੍ਰੀਤ? ਲਵਪ੍ਰੀਤ ਖੇਤੀ ਦਾ ਕੰਮ ਵੀ ਕਰਦੀ ਆ, ਘਰ ਦਾ ਕੰਮ ਵੀ ਕਰਦੀ ਆ, ਟਰੈਕਟਰ ਵੀ ਚਲਾਉਂਦੀ, ਹੁਣ ਗਾੜੀ ਕਟਾਈ ਦਾ ਕੰਮ ਆਉਂਦਿਆ ਵਾ ਉਹ ਵੀ ਇਹਨੇ ਖੁਦ ਕਰਨਾ ਹੈ। ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਅਤੇ ਇੱਕ ਬੇਟੀ ਨਹੀਂ ਕਰ ਸਕਦੀ। ਘਰ ਦੇ ਵਿੱਚ ਆਪਣਾ ਖੇਤੀਬਾੜੀ ਦਾ ਕੰਮ ਕਰਦੀ ਹਾਂ, ਆਪਣਾ ਘਰ ਦਾ ਚੁੱਲ੍ਹੇ ਚੌਂਕੇ ਦਾ ਵੀ ਕੰਮ ਕਰਦੀ ਹਾਂ ਅਤੇ ਖੇਤੀਬਾੜੀ ਦਾ ਲਗਭਗ ਜਿਹੜਾ ਉਹ ਸਾਰਾ ਕੰਮ ਮੈਂ ਖੁਦ ਕਰਦੀ ਹਾਂ। ਅੱਜ ਮਹਿਲਾ ਦਿਵਸ ਹੈ, ਆਪਣੇ ਮਾਤਾ ਪਿਤਾ ਨੂੰ ਤੁਸੀਂ ਲੜਕਾ ਬਣ ਕੇ ਵਿਖਾਇਆ, ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਬੋਰਸ਼ਨ ਕਰਾਉਂਦੇ ਆ, ਗਰਭਪਾਤ ਕਰਾਉਂਦੇ ਆ? ਜਿਹੜੇ ਲੋਕ ਇਹ ਸੋਚ ਕੇ ਅਬੋਰਸ਼ਨ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ, ਸਾਨੂੰ ਲੜਕਾ ਚਾਹੀਦਾ, ਉਹਨਾਂ ਦੀ ਸੋਚ ਜਿਹੜੀ ਆ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲਓ ਤੁਸੀਂ, ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਸ਼ ਨਹੀਂ ਚਲਾ ਸਕਦੀ, ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ, ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ, ਜਾਂ ਉਹ ਜੋਬ ਨਹੀਂ ਕਰ ਸਕਦੀ। ਸਿਰਫ ਲੋੜ ਆ ਅਤੇ ਇੱਕ ਮਾਂ ਪਿਓ ਦੇ ਸਾਥ ਦੀ ਅਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ। ਅੱਜ ਤੁਹਾਡੀ ਸ਼ਾਦੀ ਵੀ ਹੋ ਚੁੱਕੀ ਹੈ, ਕਿਵੇਂ ਸੈਟਿੰਗ ਕੀਤੀ ਕਿ ਤੁਸੀਂ ਅੱਜ ਵੀ ਮਾਂ ਪਿਓ ਦੇ ਘਰ ਹੋ, ਕਿਵੇਂ ਮਨਾਇਆ ਆਪਣੇ ਸਸੁਰਾਲ ਵਾਲਿਆਂ ਨੂੰ, ਆਪਣੇ ਘਰ ਵਾਲਿਆਂ ਨੂੰ? ਮੇਰੀ ਸੋਚ ਪਹਿਲਾਂ ਤੋਂ ਹੀ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕਿਆਂ ਦੇ ਘਰ ਮੇਰੇ ਨਾਲ ਰਹੇ। ਸੋ ਮੈਨੂੰ ਉਹ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ, ਉਹ ਵੀ ਇੱਕ ਫੈਮਿਲੀ ਨੇ ਅਸੀਂ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ, ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਛਲਾਗਿਆ ਅਤੇ ਉਹ ਮੇਰੇ ਜਿਹੜੇ ਹਸਬੈਂਡ ਆ ਉਹ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਹੇ। ਹਾਂਜੀ, ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ, ਅੱਜ ਸਾਨੂੰ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਆ ਵੀ ਸਾਨੂੰ ਇੱਕ ਬੇਟੀ ਨੇ ਇੰਨੇ ਬੇਟਾ ਬਣ ਕੇ ਸਾਨੂੰ ਵਿਖਾਇਆ। ਅਤੇ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਸੰਦੇਸ਼ਾ ਦੇਣਾ ਚਾਹੁੰਦੀ ਹਾਂ ਵੀ ਜੋ ਗਰਭ ਦੇ ਵਿੱਚ ਬੱਚੀਆਂ ਨੂੰ ਮਾਰਦੀਆਂ ਵਾ ਉਹ ਬਿਲਕੁਲ ਨਾ ਮਾਰਨ, ਜਿਹੜੀ ਬੇਟੀ ਆ ਉਹ ਬੇਟੇ ਨਾਲੋਂ ਘੱਟ ਨਹੀਂ। ਕੀ ਕੰਮ ਕਰਦੀ ਹੈ ਲਵਪ੍ਰੀਤ? ਲਵਪ੍ਰੀਤ ਖੇਤੀ ਦਾ ਕੰਮ ਵੀ ਕਰਦੀ ਆ, ਘਰ ਦਾ ਕੰਮ ਵੀ ਕਰਦੀ ਆ, ਟਰੈਕਟਰ ਵੀ ਚਲਾਉਂਦੀ, ਹੁਣ ਗਾੜੀ ਕਟਾਈ ਦਾ ਕੰਮ ਆਉਂਦਿਆ ਵਾ ਉਹ ਵੀ ਇਹਨੇ ਖੁਦ ਕਰਨਾ ਹੈ। ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਅਤੇ ਇੱਕ ਬੇਟੀ ਨਹੀਂ ਕਰ ਸਕਦੀ।